ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਤਰਨ ਤਾਰਨ ਪੁਲਿਸ ਨੇ ਜ਼ਿਲ੍ਹੇ 'ਚ ਚਲਾਇਆ ਆਪਰੇਸ਼ਨ ਈਗਲ 5। SSP ਗੌਰਵ ਤੂਰਾ ਨੇ ਦਿੱਤੀ ਜਾਣਕਾਰੀ। BRTS ਕਰਮਚਾਰੀ ਪਹੁੰਚੇ ਨਗਰ ਨਿਗਮ ਦਫ਼ਤਰ, ਮਾਹੌਲ ਹੋਇਆ ਤਣਾਅਪੂਰਨ। ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਮਾਨਯੋਗ DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਆਪਰੇਸ਼ਨ ਈਗਲ ਨੂੰ ਚਲਾਇਆ ਗਿਆ। ਉੱਥੇ ਹੀ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਡੇ ਪੱਧਰ 'ਤੇ ਆਪਰੇਸ਼ਨ ਈਗਲ 5 ਚਲਾਇਆ ਗਿਆ, ਜਿਸ ਸੰਬੰਧੀ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 12,750 ML ਨਾਜਾਇਜ਼ ਸ਼ਰਾਬ, 50 ਕਿਲੋ ਲਾਹਨ ਅਤੇ 38 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ। ਮਾਨਯੋਗ DGP ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤਰਨ ਤਾਰਨ ਜ਼ਿਲ੍ਹੇ ਦੇ 4 ਹਲਕਿਆਂ ਦੇ ਵਿੱਚ ਆਪਰੇਸ਼ਨ ਈਗਲ 5 ਚਲਾਇਆ ਗਿਆ ਹੈ। ਇਹਦੇ ਤਹਿਤ ਅਸੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਡਰੱਗ ਹੌਟਸਪੌਟਸ ਹੈਗੇ ਆ, ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਹੈ ਉਹ ਕਾਫੀ ਵੱਡੇ ਪੱਧਰ 'ਤੇ ਜਿਹੜੇ ਲੋਕ ਹੈਗੇ ਆ ਉਹਦੀ ਕੰਜਮਸ਼ਨ ਕਰ ਰਹੇ ਹੈਗੇ ਆ ਜਾਂ ਉੱਥੇ ਜਿਹੜੇ ਰੱਖੇ ਜਾਂਦੇ ਆ, ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਅੱਜ ਪੁਲਿਸ ਵੱਲੋਂ ਘੇਰਾ ਪਾ ਕੇ ਉਹਨਾਂ ਦੀ ਜਿਹੜੀ ਰੇਡ ਕੀਤੀ ਗਈ ਹੈਗੀ ਹੈ। ਜਿਹੜੇ ਸ਼ੱਕੀ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹੈਗੇ ਹਾਂ। ਐਕਸਰਸਾਈਜ਼ ਦਾ ਬਰੋਡ ਮਤਲਬ ਹੈਗਾ ਹੈ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ, ਇੱਕ ਜਿਹੜਾ ਜੋਸ਼ ਹੈ ਉਹ ਪੈਦਾ ਕਰ ਸਕੀਏ, ਤਾਂ ਜੋ ਜਿਹੜੀ ਇਹ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਉਹਦੇ 'ਚ ਅਸੀਂ ਤੇਜ਼ੀ ਲਾ ਸਕੀਏ। ਅੱਛੇ, ਇਹ ਮਾੜੇ ਅੰਸਰਾਂ ਲਈ ਇੱਕ ਇਸ਼ਾਰਾ ਹੈਗਾ ਹੈ ਕਿ ਜਿਹੜੇ ਵੀ ਬੰਦਾ ਨਸ਼ੇ ਦੇ ਵਿੱਚ ਕੰਮ ਕਰੂਗਾ ਉਹਦੇ 'ਤੇ ਆਪਾਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਇਸ ਤੋਂ ਇਲਾਵਾ ਜੋ ਵੀ ਲੋਕ ਨਸ਼ਾ ਦੇ ਸੇਵਨ ਕਰਦੇ ਹੈਗੇ ਹੈ ਅਤੇ ਹੁਣ ਨਸ਼ਾ ਛੱਡਣਾ ਚਾਹੁੰਦੇ ਹੈ ਉਹ ਵੀ ਪੁਲਿਸ ਕੋਲ ਬੇਝਿਜਕ ਹੋ ਕੇ ਆ ਸਕਦੇ ਹਨ ਅਤੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਇਸ ਦੇ ਵਿੱਚ ਪੂਰੀ ਮਦਦ ਕਰੂਗੀ। ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਵਿੱਚ BRTS ਮੁਲਾਜ਼ਮ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣਗੇ ਅਤੇ ਉਹਨਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਮਨਦੀਪ ਮੰਨਾ ਵੀ ਮੌਜੂਦ ਸਨ। ਉੱਥੇ ਮਨਦੀਪ ਸਿੰਘ ਮੰਨਾ ਦੇ ਪੁਰਾਣੇ ਸਾਥੀ ਅੰਮ੍ਰਿਤਪਾਲ ਸਿੰਘ ਬਬਲੂ ਵੀ ਨਗਰ ਨਿਗਮ ਦਫ਼ਤਰ ਦੇ ਬਾਹਰ ਪੁੱਜੇ। ਅੰਮ੍ਰਿਤਪਾਲ ਸਿੰਘ ਬਬਲੂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਮੰਨਾ ਦੇ ਉੱਪਰ ਸਵਾਲ ਖੜੇ ਕਰਨ ਸ਼ੁਰੂ ਕਰ ਦਿੱਤੇ ਗਏ। ਦੇਖੋ, ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ। ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ, ਉਹਨਾਂ ਦੇ ਕੰਮ 'ਚ ਖੱਲਣ ਪਾਉਣਾ। ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨੁਸਾਰ ਆਪਣਾ ਮੈਮੋਰੈਂਡਮ ਦੇਣ ਲਈ ਇੱਥੇ ਆਏ ਨੇ, ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ, ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ, ਉਹ ਲੋਕਾਂ ਦਾ ਗੁੱਸਾ। ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ, ਕਿਸੇ ਦੇ ਨਾਲ ਘੁੱਟ ਚਲਾਕੀ ਨਹੀਂ ਕਰਨੀ ਚਾਹੀਦੀ, ਬਿਲਕੁਲ ਸ਼ਾਂਤਮਈ। ਤੁਸੀਂ ਮੈਨੂੰ ਦੱਸ ਦਿਓ, ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ, ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ, ਇਹਨਾਂ ਲੋਕ ਕੀ ਵਿਰੋਧ ਹੋਇਆ? ਜਾਣਬੁੱਝ ਕੇ ਕੀਤਾ ਗਿਆ, ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ। ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ।
ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ, ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ। ਉਹ ਲੋਕ ਝੋਲੀ ਅੱਡ ਕੇ ਭੀਖ ਮੰਗਣ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ। ਗਾਲਾਂ ਜਿੰਨੇ ਵੀ ਕੱਢੀਆਂ ਜੀ, ਜੇ ਹੱਥ ਚਲਾਕੀ ਹੋਈ ਆ ਤੇ ਬੇਹੱਦ ਮੰਦਭਾਗੀ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਦੇ ਮੈਂਬਰ ਬਣਨ ਉਪਰੰਤ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ, ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਸੂਚਨਾ ਕੇਂਦਰ ਵਿਖੇ ਮੈਨੇਜਰ ਸਤਨਾਮ ਸਿੰਘ ਚਬਾਲ, ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਆਏ ਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦੇ ਵੀ ਦਰਸ਼ਨ ਹੋ ਗਏ ਤੇ ਮਹਾਰਾਜ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ, ਸਾਰੀ ਜ਼ਿੰਦਗੀ ਕਰਦੇ ਰਹੀਏ ਥੋੜ੍ਹਾ ਕਿ ਜੋ ਵੀ ਉਹ ਬਖਸ਼ਾ ਕਰਦਾ ਜੀਵਨ ਦੇ ਅੰਦਰ, ਖੁਸ਼ੀਆਂ ਦੇ ਅੰਦਰ, ਉਹ ਸ਼ੁਕਰਾਨਾ ਧੰਨਵਾਦ ਜਿੰਨਾ ਵੀ ਕਰਦੀ ਉਹ ਥੋੜ੍ਹਾ ਜੋ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ। ਅਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਸ਼੍ਰੀ ਹਰਸਿਮਰਤ ਕੌਰ ਜੀ ਬਾਦਲ, ਜਿਹੜੇ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ, ਉਹਨਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਜਿਹੜੀ ਗੱਲ ਉੱਥੇ ਜਾ ਕੇ ਕੀਤੀ ਹੈ, ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਬਾਰਡਰ ਦੇ ਲੋਕਾਂ ਵੱਲੋਂ, ਬਾਰਡਰ ਦੇ ਕੁਲੀਆਂ ਵੱਲੋਂ, ਬਾਰਡਰ ਦੇ ਉੱਥੇ ਯੂਨੀਅਨ ਵੱਲੋਂ, ਬਾਰਡਰ ਦੇ ਸਾਰੇ ਜਿੰਨੇ ਦਰਜਾ ਬਦਰਜਾ ਉੱਥੇ ਲੋਕ ਨੇ, ਕਿਸਾਨ ਵੀਰ ਨੇ, ਮਜ਼ਦੂਰ ਨੇ ਜਾਂ ਹੋਰ ਸਾਰਿਆਂ ਵੱਲੋਂ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਚੀਫ਼ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਸਾਵਣ ਦਾ ਤਿਉਹਾਰ ਬਹੁਤ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਕਾਰਜਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਹੋਰ ਦੀਵਾਨ ਮੈਂਬਰ ਵੀ ਮੌਜੂਦ ਸਨ। ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜਿਹੜੀ ਬ੍ਰਾਂਚ ਹੈ ਸਾਡੀ ਸੁਲਤਾਨਵਿੰਡ ਲਿੰਕ ਰੋਡ, ਉੱਥੇ ਇੱਕ ਬਹੁਤ ਅੱਛਾ ਇੱਥੇ ਪ੍ਰੋਗਰਾਮ ਕੀਤਾ ਜਿਹਦੇ ਤੀਆਂ ਔਰ ਕਿਉਂਕਿ ਸਾਉਣ ਦਾ ਮਹੀਨਾ ਤੋਂ ਸਾਵਿਆਂ ਦਾ ਇਹ ਸਾਡਾ ਹੈਗਾ ਤਿਉਹਾਰ ਹੈ, ਅੱਜ ਮਨਾ ਰਹੇ ਹਾਂ, ਬੱਚੇ ਇੱਥੇ ਮਨਾ ਰਹੇ ਨੇ, ਜਿਹਦੇ 'ਚ ਬੱਚੇ ਪਰਫੋਰਮ ਵੀ ਕਰ ਰਹੇ ਨੇ, ਗਿੱਧਾ ਭੰਗੜਾ ਹੋਰ ਡਾਂਸਿਸ ਕਰ ਰਹੇ ਨੇ, ਔਰ ਇਹਦੇ 'ਚ ਖੇਡਾਂ ਵਾਸਤੇ ਵੀ ਅਰੇਂਜ ਕੀਤਾ ਸਕੂਲ ਨੇ, ਜਿੱਥੇ ਬੱਚੇ ਆ ਕੇ ਖੇਡਾਂ ਖੇਡ ਰਹੇ ਨੇ, ਜਿਹੜੀਆਂ ਮੇਲੇ 'ਚ ਸਾਡੇ ਲੱਗਦੇ ਨੇ ਉਹ ਗੋਲ ਗੋਲ ਘੁੰਮਣ ਵਾਲੇ ਸਾਰੇ ਲੱਗੇ ਨੇ, ਟਾਂਗਾ ਵੀ ਖੜ੍ਹਾ ਇੱਕ, ਸੋ ਬੜਾ ਅੱਛਾ ਮਾਹੌਲ ਬਣਾਇਆ ਹੋਇਆ, ਬੱਚੇ ਰੰਗ ਬਿਰੰਗੇ ਕੱਪੜੇ ਪਾ ਕੇ ਆਏ ਆ, ਈਵਨ ਮਾਂ ਪਿਓ ਜਿਹੜੇ ਨੇ ਉਹ ਵੀ ਅੱਜ ਬੜੇ ਸੋਹਣੇ ਆਪਣੇ ਰੰਗ ਬਿਰੰਗੇ ਕੱਪੜੇ ਪਾ ਕੇ ਆਏ, ਕਿਉਂਕਿ ਜਿਹੜਾ ਮੌਸਮ ਹੈ ਇਹ ਖੁਸ਼ੀ ਮਨਾਉਣ ਦਾ ਮੌਸਮ ਹੈ, ਖੁਸ਼ੀ ਮਨਾਉਣ ਦਾ ਤਿਉਹਾਰ ਹੈ। ਅੱਜ ਸਾਡੇ ਸਕੂਲ ਦੇ ਵਿਹੜੇ ਦੇ ਵਿੱਚ ਸਾਵਣ ਦਾ ਮੇਲਾ ਅਸੀਂ ਮਨਾ ਰਹੇ ਹਾਂ, ਔਰ ਬੜੀ ਹੀ ਸ਼ਲਾਘਾਯੋਗ ਗੱਲ ਹੈਗੀ ਹੈ ਕਿ ਚੀਫ ਖਾਲਸਾ ਦੀਵਾਨ ਦੀ ਸਾਰੀ ਮੈਨੇਜਮੈਂਟ ਸਾਡੇ ਪ੍ਰਧਾਨ ਜੀ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ, ਜੋ ਕਿ ਅੱਜ ਮੇਲੇ ਦੇ ਸਰਦਾਰ ਦੇ ਰੂਪ ਦੇ ਵਿੱਚ ਸਾਡੇ ਕੋਲ ਆਏ ਨੇ। ਗ੍ਰੀਨ ਇੰਡੀਆ ਦਿਨ ਤੇ ਲੀਗਲ ਐਕਸ਼ਨ ਏਡ ਸੰਸਥਾ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸੈਕੰਡਰੀ ਸਕੂਲ ਮਾਹਲ ਵਿਖੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸਮਾਜ ਤੇ ਅਲੱਗ ਅਲੱਗ ਵਰਗ ਨਾਲ ਜੁੜੇ ਵਿਅਕਤੀਆਂ ਨੇ
ਵੱਧ ਚੜ੍ਹ ਕੇ ਹਿੱਸਾ ਲਿਆ। ਲੀਗਲ ਐਕਸ਼ਨ ਏਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ਿਸ਼ਟ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਹਰ ਵਿਅਕਤੀ ਨੂੰ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਅਤੇ ਉਸਦੀ ਸੇਵਾ ਸੰਭਾਲ ਵੀ ਸਮੇਂ ਸਿਰ ਕਰਨੀ ਚਾਹੀਦੀ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਮਾਹਲ ਵਿਖੇ ਪ੍ਰਿੰਸੀਪਲ ਮਿਸਿਜ਼ ਹਰਪ੍ਰੀਤ ਕੌਰ ਮਨੀ ਦੀ ਅਗਵਾਈ ਵਿੱਚ ਪੌਦੇ ਲਗਾਏ ਗਏ, ਜਿਸ ਵਿੱਚ 100 ਤੋਂ ਵੱਧ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਲੀਗਲ ਐਕਸ਼ਨ ਏਡ ਦੇ ਨੈਸ਼ਨਲ ਸੈਕਟਰੀ ਐਡਵੋਕੇਟ ਸੰਜੀਤ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਸਚਿਨ ਪਾਠੀਆ, ਇਸਲਾਮ ਸ਼ਾਹ, ਸੂਰਜ ਪੇਰੀ, ਰਾਜਨ ਕਾਲੜਾ ਅਤੇ ਸਕੂਲ ਦੇ ਬੱਚੇ ਅਤੇ ਅਧਿਆਪਕ ਮੌਜੂਦ ਸਨ। ਲੀਗਲ ਐਕਸ਼ਨ ਏਡ ਕੀ ਤਰਫ ਸੇ ਹਮਾਰੀ ਜੋ ਮੁਹਿੰਮ ਚੱਲ ਰਹੀ ਹੈ ਗ੍ਰੀਨ ਇੰਡੀਆ ਡੇ, ਉਸਕੇ ਉੱਪਰ ਆਜ ਹਮ ਲੋਗੋ ਨੇ ਸਰਕਾਰੀ ਸਕੂਲ ਮਾਹਲ ਮੇਂ ਮੈਡਮ ਹਰਪ੍ਰੀਤ ਕੌਰ ਕੀ ਅਗਵਾਈ ਮੇਂ ਹਮ ਲੋਗੋ ਨੇ ਪਲਾਂਟੇਸ਼ਨ ਕੀ ਹੈ ਔਰ ਇਸਸੇ ਹਮ ਆਨੇ ਵਾਲੀ ਜੋ ਹਮਾਰੀ ਯੁਵਾ ਪੀੜ੍ਹੀ ਹੈ ਉਸਕੋ ਇੱਕ ਸੰਦੇਸ਼ ਦੇਣਾ ਚਾਹ ਰਹੇ ਹੈ ਕਿ ਜੋ ਹਮਾਰਾ ਪਰਿਆਵਰਨ ਆਜ ਕੇ ਯੁਗ ਮੇਂ ਖਰਾਬ ਹੋਤਾ ਜਾ ਰਹਾ ਹੈ ਉਸਕੋ ਬਚਾਨੇ ਕੇ ਲੀਏ ਹਰ ਇੱਕ ਵਿਅਕਤੀ ਕੋ ਆਪਣੇ ਜੀਵਨ ਮੇਂ ਇੱਕ ਵਰਿਕਸ਼ ਲਗਾਉਣਾ ਚਾਹੀਏ ਔਰ ਇੱਕ ਸਾਥ ਹੀ ਸਾਥ ਇੱਕ ਪ੍ਰਣ ਲੈਣਾ ਚਾਹੀਏ ਕਿ ਉਸ ਵਰਿਕਸ਼ ਕੋ ਉਸ ਪੇੜ ਕੀ ਪੂਰੀ ਸੇਵਾ ਕੀ ਜਾਏ ਔਰ ਉਸੇ ਬੜਾ ਕੀਆ ਜਾਏ। ਆਜ ਕੱਲ੍ਹ ਲੋਕ ਜ਼ਿਆਦਾਤਰ ਯੇ ਕਰ ਰਹੇ ਹੈ ਕਿ ਪਲਾਂਟੇਸ਼ਨ ਤੋ ਹੋ ਰਹੀ ਹੈ ਜਗ੍ਹਾ ਜਗ੍ਹਾ, ਬਟ ਉਸਕੀ ਸੰਭਾਲ ਉਸਕੀ ਦੇਖਭਾਲ ਕੇ ਲੀਏ ਬਿਲਕੁਲ ਕੋਈ ਵੀ ਅਨਿਸ਼ਨ ਨਹੀਂ ਹੋ ਰਹਾ। ਹਮਾਰੀ ਸਭੀ ਸੇ ਯੇ ਅਪੀਲ ਹੈ ਕਿ ਇੱਕ ਪੇੜ ਜ਼ਰੂਰ ਲਗਾਓ ਔਰ ਉਸਕੀ ਦੇਖਭਾਲ ਕਰੋ ਤਾਂ ਕਿ ਆਨੇ ਵਾਲੀ ਹਮਾਰੀ ਪੀੜ੍ਹੀ ਆਗੇ ਉਸਕੇ ਲੀਏ ਸੁਵਿਧਾ ਹੋ ਸਕੇ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ DGP ਪੰਜਾਬ ਗੌਰਵ ਯਾਦਵ ਨੂੰ 15 ਅਗਸਤ, ਰਕਸ਼ਾ ਬੰਧਨ ਅਤੇ ਜਨਮ ਅਸ਼ਟਮੀ ਨੂੰ ਲੈ ਕੇ ਸੂਬੇ 'ਚ ਚੌਕਸੀ ਵਧਾਉਣ ਬਾਰੇ ਮੰਗ ਪੱਤਰ ਲਿਖਿਆ ਹੈ। ਗੁਟਕਾ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਰੋਕਣ ਲਈ ਸਿੱਖ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਦੇ ਨਜ਼ਦੀਕ ਅਨੋਖੀ ਪਹਿਲ ਕਰਦਿਆਂ ਸਿੱਖ ਜਥੇਬੰਦੀ ਆਗੂ ਪਰਮਜੀਤ ਸਿੰਘ ਅਕਾਲੀ ਵੱਲੋਂ ਦਰਬਾਰ ਸਾਹਿਬ ਦੇ ਨਜ਼ਦੀਕ ਮਾਰਕੀਟ ਦੇ ਵਿੱਚ ਗੁਟਕਾ ਸਾਹਿਬ ਦੀਆਂ ਪੋਥੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਆਖਿਆ ਗਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਪੋਥੀਆਂ ਦੀ ਵਿਕਰੀ ਕੀਤੀ ਜਾਵੇ। ਅੱਜ ਅਸੀਂ ਇੱਥੇ ਅੰਮ੍ਰਿਤਸਰ ਸਾਹਿਬ ਮਾਰਕੀਟ ਦੇ ਵਿੱਚ ਆਏ ਹਾਂ। ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਅਤੇ ਨਾਲ ਹੀ ਜਿਹੜੀ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ, ਉਸ ਤਰ੍ਹਾਂ ਵਾ ਕਿ ਜਿਹੜੀ ਜਿੰਨੀਆਂ ਵੀ ਸਮੁੱਚੀਆਂ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਨੂੰ, ਧਾਰਮਿਕ ਸਾਹਿਤ ਅਤੇ ਪ੍ਰਕਾਸ਼ਕ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਨਮਰ ਬੇਨਤੀ ਹੈ ਕਿ ਉਹ ਆਪਣੇ ਪਾਸ ਮੌਜੂਦ ਧਾਰਮਿਕ ਸਾਹਿਤ, ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਹਿੱਤ ਸਿੱਖ ਮਰਿਆਦਾ ਦਾ ਵਿਸ਼ੇਸ਼ ਖਿਆਲ ਰੱਖਣ। ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ, ਬਲਕਿ ਇਹ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਅਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਆਸਥਾ ਜੁੜੀ ਹੋਈ ਹੈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ੰਕਰ ਸ਼ਨੀਧਾਮ ਵੱਲੋਂ 29ਵਾਂ ਸਾਵਨ ਉਤਸਵ 9 ਅਗਸਤ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਪ੍ਰਸਿੱਧ ਗਾਇਕ ਰਾਘਵ ਕੌਂਡਲ ਵੱਲੋਂ ਭਜਨ ਗਾਇਨ ਕੀਤਾ ਜਾਵੇਗਾ। ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਸ਼੍ਰੀ ਰਾਮ ਬਾਲਾਜੀ ਧਾਮ ਕਾਲੇ ਕਨੂਪੁਰ ਵਿਖੇ 9 ਅਗਸਤ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਨਾਗ ਪੰਚਮੀ ਦਾ ਭੰਡਾਰਾ।
ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ ₹5 से शुरू। Funland in your city, unlimited fun. Tujhe dekha hua pagal, pagal, pagal. Your body just a bottle, bottle, bottle. Pasa chane ja, pan meri Yamaha. Let me hit the throttle. Let me make you move. Let me make you move. Come bad boy, baby, bunga thoda crack. Yeah, jaan leva, is a mera swag. Yeah, let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਵਿੱਚ ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਨੂਪੁਰ ਕਾਲੇ ਵਿਖੇ ਸ਼ੁਭ ਨਾਗ ਪੰਚਮੀ ਅਤੇ 19ਵਾਂ ਭੰਡਾਰਾ 9 ਅਗਸਤ 2024 ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਵੱਲੋਂ ਭੋਲੇ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। ਫਾਸਟਵੇ ਦੇ ਚੈਨਲ ਨੰਬਰ 243 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਹੈ, 9 ਅਗਸਤ ਸ਼ੁੱਕਰਵਾਰ ਨੂੰ ਬੜੀ ਧੂਮਧਾਮ ਨਾਲ ਸ਼ੁਭ ਨਾਗ ਪੰਚਮੀ ਦਾ ਭੰਡਾਰਾ ਮਨਾਇਆ ਜਾ ਰਿਹਾ ਹੈ। ਸਵੇਰੇ 8 ਵਜੇ ਸ਼੍ਰੀ ਇੱਛਾਧਾਰੀ ਸ਼ੇਸ਼ਨਾਗ ਮਹਾਰਾਜ ਨੂੰ ਅਭਿਸ਼ੇਕ ਕੀਤਾ ਜਾਏਗਾ। ਉਸ ਤੋਂ ਬਾਅਦ ਮੰਦਿਰ ਵਿੱਚ ਭਜਨ ਪਾਰਟੀਆਂ ਭੋਲੇ ਸ਼ੰਕਰ ਸ਼ੇਸ਼ਨਾਗ ਮਹਾਰਾਜ ਦਾ ਗੁਣਗਾਨ ਕਰਨਗੀਆਂ। ਅਟੁੱਟ ਲੰਗਰ ਚੱਲੇਗਾ। ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 9 ਅਗਸਤ ਨੂੰ ਆ ਕੇ ਸ਼ੇਸ਼ਨਾਗ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ। ਮਿਸ਼ਨ ਸਹਿਯੋਗ ਆਰਗਨਾਈਜੇਸ਼ਨ ਵੱਲੋਂ ਰੁੱਖ ਲਗਾਓ ਰੁੱਖ ਬਚਾਓ ਮੁਹਿੰਮ ਤਹਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਿਲਕੁਲ ਸਾਹਮਣੇ ਖੰਡੇ ਵਾਲੇ ਚੌਂਕ ਵਿੱਚ ਬੂਟੇ ਲਗਾਏ ਗਏ। ਉਹਨਾਂ ਦੱਸਿਆ ਕਿ ਬੂਟਿਆਂ ਦੇ ਰੱਖ ਰਖਾਵ ਲਈ ਇੱਕ ਪਾਣੀ ਦੀ ਟੈਂਕੀ ਬਣਾਈ ਗਈ ਹੈ, ਜੋ ਕਿ ਰੋਜ਼ਾਨਾ ਬੂਟਿਆਂ ਨੂੰ ਪਾਣੀ ਦਿੰਦੀ ਹੈ। ਇਸ ਮੌਕੇ ਗੁਰਦੀਪ ਸਿੰਘ ਰਾਜਨ, ਰਾਜੇਸ਼ ਸਿਧਾਨਾ, ਕੁਲਦੀਪ ਠਾਕੁਰ, ਗੁਰਤੇਜ ਸਿੰਘ, ਮੌਂਟੀ ਆਨੰਦ, ਜਗਮੋਹਨ ਸ਼ਰਮਾ ਸਮੇਤ ਮੈਂਬਰ ਮੌਜੂਦ ਸਨ। ਅਸੀਂ ਮਿਸ਼ਨ ਸਹਿਯੋਗ ਦੀ ਟੀਮ ਨੇ ਇਹ ਵੇਖਿਆ, ਸਮਝਿਆ ਇਸ ਗੱਲ ਨੂੰ ਕਿ ਅੱਜ ਜਿਹੜੀ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਰਿਹਾ, ਉਹਦੇ ਵਾਸਤੇ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਔਰ ਇੱਕ ਨਾਰਾ ਪਹਿਲਾਂ ਦਿੱਤਾ ਜਾਂਦਾ ਸੀ, ਰੁੱਖ ਕੁੱਖ ਅਤੇ ਧਰਤੀ ਜਿਸ ਬਚਾਉਣੀ ਹੈ ਅਤੇ ਰੁੱਖ ਅਤੇ ਕੁੱਖ ਦੋਨਾਂ ਨੂੰ ਸੰਭਾਲਣਾ ਪਵੇਗਾ। ਰੁੱਖ ਕੁੱਖ ਅਤੇ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ। ਦਰਬਾਰ ਬਾਬਾ ਮੁਕਤਸਰ ਦਾਸ ਜੀ ਦਾ ਸਾਲਾਨਾ ਮੇਲਾ
ਲਾਹੌਰੀ ਗੇਟ ਦੇ ਬਾਹਰ ਵਿਕਾਸ ਗਿੱਲ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ ਨਾਮਵਰ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਬਾਬਾ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਭੰਡਾਰਾ ਵੀ ਕਰਵਾਇਆ ਗਿਆ। ਇਸ ਮੌਕੇ ਸੰਤ ਕਰਤਾਰ ਸ਼ਾਹ ਜੀ, ਪ੍ਰੇਮ ਕੁਮਾਰ ਬਿੱਟੂ ਚੌਧਰੀ, ਬਿੱਲਾ ਪੱਟੀ, ਸਲੀਮ ਗਿੱਲ, ਟੋਨੀ ਗਿੱਲ ਸਮੇਤ ਲੋਕ ਮੌਜੂਦ ਸਨ। ਮਾਤਾ ਸੰਤੋਸ਼ੀ ਮਾਤਾ ਮੰਦਿਰ ਗੋਕੁਲ ਬਿਹਾਰ ਵਿਖੇ ਹਰਿਆਲੀ ਤੀਜ ਤੇ ਭਗਵਾਨ ਸ਼੍ਰੀ ਠਾਕੁਰ ਜੀ ਨੂੰ ਹਰੇ ਰੰਗ ਦੇ ਕੱਪੜੇ ਪਹਿਨਾਏ ਗਏ। ਇਸ ਮੌਕੇ ਪੰਡਿਤ ਮਨੋਹਰ ਸ਼ਰਮਾ, ਪੰਡਿਤ ਮੋਹਨ ਸ਼ਾਮ, ਪੰਡਿਤ ਕ੍ਰਿਸ਼ਨ ਕੁਮਾਰ ਸਮੇਤ ਸੰਗਤਾਂ ਮੌਜੂਦ ਸਨ। ਸ਼੍ਰੀ ਦੁਰਗਿਆਨਾ ਤੀਰਥ ਸ਼ਤਾਬਦੀ ਮਹੋਤਸਵ ਦੇ ਮੌਕੇ ਤੇ 40 ਦਿਨਾਂ ਗੋਸਵਾਮੀ ਸ਼੍ਰੀ ਤੁਲਸੀਦਾਸ ਜੀ ਜੈਂਤੀ ਮਹੋਤਸਵ ਦੇ ਮੌਕੇ ਤੇ ਅਖੰਡ ਸ਼੍ਰੀ ਹਰੀਨਾਮ ਸਤਕੀਰਤਨ 31 ਜੁਲਾਈ ਤੋਂ 8 ਸਤੰਬਰ ਤੱਕ ਚੱਲੇਗਾ। ਸਵਾਮੀ ਸ਼੍ਰੀ ਕ੍ਰਿਸ਼ਨਾਨੰਦ ਮਹਾਰਾਜ ਜੀ ਕਥਾ ਕਰ ਰਹੇ ਹਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਜੀਵਨ ਯੁਕਤ ਸਮਾਗਮ 4 ਅਗਸਤ ਤੋਂ 4 ਸਤੰਬਰ ਤੱਕ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਗੁਰਦੁਆਰਿਆਂ ਵਿੱਚ ਚੱਲ ਰਹੇ ਹਨ। ਉਹਨਾਂ ਦਾ ਅੱਜ ਦਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ ਵਿਖੇ ਹੋਇਆ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਅਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਜੈ ਮਾਂ ਕਾਲੀ ਚਿੰਤਪੁਰਨੀ ਸੇਵਕ ਸਭਾ ਵੱਲੋਂ ਸਾਵਨ ਨਵਰਾਤਰੀ ਮਹੋਤਸਵ ਮਹੰਤ ਸ਼੍ਰੀ ਸੁਮੇਸ਼ ਸੇਠ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਵਿਜੇ ਮਹਿਕ ਐਂਡ ਪਾਰਟੀ ਵੱਲੋਂ ਮਹਾਰਾਣੀ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਨਰੇਸ਼ ਮਹਿੰਦਰੂ, ਪੰਕਜ ਸੇਠ, ਸੁਨੀਲ ਮਹਿਰਾ, ਸੰਦੀਪ ਆਹੂਜਾ, ਵਿਕਾਸ ਪਾਰਟੀਆ ਆਦਿ ਹਾਜ਼ਰ ਸਨ। ਸ਼ਿਵ ਸੈਨਾ ਭਾਰਤੀ ਦਾ ਇੱਕ ਵਫਦ ਅੰਮ੍ਰਿਤਸਰ ਦੇਹਾਤੀ ਦੇ ਨਵ ਨਿਯੁਕਤ SSP ਚਰਨਜੀਤ ਸਿੰਘ ਸੋਹਲ ਨੂੰ ਮਿਲਿਆ, ਜਿਸ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਅਜੇ ਸੇਠ ਨੇ ਕੀਤੀ ਅਤੇ ਉਹਨਾਂ ਨੂੰ ਅੰਮ੍ਰਿਤਸਰ ਦਾ SSP ਬਣਨ ਤੇ ਵਧਾਈ ਦਿੱਤੀ ਗਈ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਤਰਨ ਤਾਰਨ ਪੁਲਿਸ ਨੇ ਜ਼ਿਲ੍ਹੇ 'ਚ ਚਲਾਇਆ ਆਪਰੇਸ਼ਨ ਈਗਲ 5, SSP ਗੌਰਵ ਤੂਰਾ ਨੇ ਦਿੱਤੀ ਜਾਣਕਾਰੀ। BRTS ਕਰਮਚਾਰੀ ਪਹੁੰਚੇ ਨਗਰ ਨਿਗਮ ਦਫ਼ਤਰ, ਮਾਹੌਲ ਹੋਇਆ ਤਣਾਅਪੂਰਨ। ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ। ਇਹ ਸਨ ਅੱਜ ਦੀਆਂ ਖ਼ਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।